ਚੱਲ ਰਿਹਾ ਹੈ ਉਸ ਇਤਿਹਾਸ ਦੇ ਵਿੱਚੋਂ ਇੱਕ ਕਵਿਤਾ ਭਾਈ ਵਿਸ਼ਨੂੰ ਸਿੰਘ ਜੀ ਉਹਨਾਂ ਨੇ ਜਿੱਥੇ ਪਾਸੇ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਾਜੋ ਗੁਰ ਸੰਗਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਸਵਾਮੀ ਜੀ ਮਹਾਰਾਜ ਬਾਣੀਆਂ ਦੀਆਂ ਮਜੀਦ ਗਿਆਨ ਕਰਦੇ ਆ ਰਹੇ ਹਾਂ ਉਹਨਾਂ ਦੀ ਕਰਾਮਾਤ, ਉਹਨਾਂ ਦੀ ਤਪੱਸਿਆ, ਉਹਨਾਂ ਦੀ ਬੰਦਗੀ ਦੀ ਸ਼ਕਤੀ ਤਾਕਤ। ਜਦੋਂ ਕਹਿ ਦਿੱਤਾ ਖਾਣਾ ਖਾਣ ਲਈ ਘਰੇ ਸਾਡੇ ਆਇਆ ਕਿ ਬਾਲ ਮੀਕ ਰੱਬ ਬਣ ਗਿਆ, ਆਇਆ ਕਿਉਂ ਨਹੀਂ? ਜਦੋਂ ਬਾਲ ਮੀਕ ਕੋਈ ਵੀ ਸੱਦਣ ਜਾਇਆ ਕਰੇ, ਉਹ ਆਖਿਆ ਕਰੇ ਭਾਈ 100 ਸਵੇਰ ਜੰਗ ਦਾ ਫਲ ਮੇਰੀ ਢੋਲੀ ਵੀ ਪਾ ਦਿਓ, ਮੈਂ ਜਗ੍ਹਾ ਚਲੂ, ਨਹੀਂ ਮੈਂ ਨਹੀਂ ਜਾਂਦਾ। ਹੁਣ 100 ਜੰਗ ਦਾ ਕੌਣ ਦੇ? ਜਦੋਂ ਕਿਸੇ ਦੇ ਕਹਿਣ ਤੇ ਨਾ ਆਇਆ ਸਤੀ ਦਰੋਪਤਾ ਕਹਿੰਦੀ ਪੰਜੇ ਪਾਂਡਵਾਂ ਨੂੰ ਸਵਾਮੀ ਜੀ ਭਗਵਾਨ ਕ੍ਰਿਸ਼ਨ ਨੂੰ ਕਹਿੰਦੀ ਮੇਰੇ ਨਾਨਕ ਨਾਮ ਲਓ, ਜੇ ਤੁਹਾਡਾ ਹੁਕਮ ਹੋਵੇ ਮੈਂ ਲੈ ਕੇ ਆਵਾਂ ਸੰਸਾਰ ਤੋਂ, ਮੇਰੇ ਕਹਿਣ ਤੇ ਵਸ਼ ਆਉਣਗੇ, ਜ਼ਰੂਰ ਆਉਣਗੇ। ਧਰਮ ਪੁੱਤਰ ਕਹਿੰਦਾ ਪਾਂਡਵਾਂ ਦਾ ਬਣਾ ਦੀ ਦਰੋਪਤਾ ਤੋੜ ਚਲੀ ਕਿ ਆਪਣਾ ਜੰਗ ਸੰਪੂਰਨ ਹੁੰਦਾ ਚਾਹੀਦਾ, ਚਲੀ ਗਈ ਜਾ ਕੇ ਨਤਮਸਤਕ ਹੋ ਕੇ ਕਾਂਡ ਡਾਊਟ ਤੋਂ ਵੱਡਾ ਹੈ ਲੰਬੀ ਡੇਟ ਕੇ ਰਿਸ਼ੀ ਦੇ ਚਾਹਤਾ ਦੇ ਗੰਗ ਵਿੱਚ ਪ੍ਰਣਾਮ ਕੀਤੀ। ਆਓ ਪੁੱਤਰੀ, ਬਾਲਮੀਕੀ ਮਹਾਰਾਜ ਨੇ ਕਿਹਾ ਆਓ, ਕੈਸੇ ਆਉਣੇ ਹੋਏ? ਕਹਿੰਦੇ ਸਵਾਮੀ ਜੀ ਦਿੱਲੀ ਚਲੋ, ਸਾਡਾ ਜੰਗ ਸੰਪੂਰਨ ਨਹੀਂ ਹੋ ਰਿਹਾ, ਸੰਪੂਰਨਤਾ ਦਾ ਸੰਖ ਨਹੀਂ ਵੱਜ ਰਿਹਾ, ਜਾਂਦੀ ਚਲੋ ਜਾਂ ਰਿਸ਼ੀ ਤੇ ਸਤੀ ਦਰੋਪਤਾ ਦੇ ਸਵਾਲ ਜਵਾਬ ਇਸ ਦੇਸ਼ ਹੈ। ਸਾਰੇ ਜੀਵਨ ਜਾਣ ਨੂੰ ਤਿਆਰ ਸੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।